ਏਡੀਜੀਪੀ ਲਾਅ ਐਂਡ ਆਰਡਰ ਪੰਜਾਬ ਦੇ ਅਰਪਿਤ ਸ਼ੁਕਲਾ ਇੱਥੇ ਪਹੁੰਚ ਚੁੱਕੇ ਨੇ ਤੁਹਾਨੂੰ ਦੱਸ ਦਈਏ ਮੋਹਾਲੀ ਬੱਸ ਸਟੈਂਡ ਜਿਹੜਾ ਹੈ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ 25 ਦਸੰਬਰ ਦੀ ਗੱਲ ਕਰੀਏ ਕ੍ਰਿਸਮਸ ਦੀ ਜਾਂ ਫਿਰ ਨਿਊ ਈਅਰ ਦੀ ਗੱਲ ਕਰੀਏ ਸਰ ਚੈਕਿੰਗ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰਡਰਸ ਤੇ ਵੀ ਸੀ ਦੇਖ ਰਹੇ ਹਾਂ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਤਿਆਰੀਆਂ ਕਿਸ ਤਰੀਕੇ ਦੀਆਂ ਮੈਂ ਇਹੀ ਦੱਸਣਾ ਚਾਹੂੰਗਾ ਕਿ ਪੰਜਾਬ ਪੁਲਿਸ ਸ਼ਾਂਤੀ ਬਹਾਲ ਕਰਨ ਲਈ ਔਰ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਔਰ ਜਿਹੜਾ ਹੁਣ ਇਹ ਸੀਜ਼ਨ ਚੱਲ ਰਿਹਾ ਹੈ ਇਸ ਦੇ ਤਹਿਤ ਮਾਨਯੋਗ ਡੀਜੀ ਸਾਹਿਬ ਦੇ ਹੁਕਮ ਦੇ ਅਨੁਸਾਰ ਪੂਰੇ ਸਟੇਟ ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਬੱਸ ਸਟੈਂਡ ਛੋਟੇ ਵੱਡੇ ਕਸਬਿਆਂ ਦੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਸ ਉਹਨਾਂ ਦੀ ਚੈਕਿੰਗ ਔਰ ਪੰਜਾਬ ਦੇ ਵਿੱਚ 500 ਤੋਂ ਵੱਧ ਸਪੈਸ਼ਲ ਨਾਕੇ ਲਾਏ ਗਏ ਆ ਤਾਂ ਕਿ ਜਿਹੜੇ ਕ੍ਰਿਮੀਨਲ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਜਿਹੜੇ ਸ਼ੱਕੀ ਲੋਕ ਹੈ ਉਹਨਾਂ ਦੀ ਪੜਤਾਲ ਕਰਨ ਲਈ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਕੀਤੀ ਸਰ ਕੋਈ ਹਲੇ ਤੱਕ ਕੋਈ ਸ਼ੱਕੀ ਅਨਸਰ ਜਾਂ ਕੋਈ ਸਸਪੀਸ਼ਨ ਇਸ ਤਰੀਕੇ ਦੀ ਕੋਈ ਨਜ਼ਰ ਆਈ ਹੈ ਹਲੇ ਤੱਕ ਕਿਉਂਕਿ ਤੁਸੀਂ 500 ਸਪੈਸ਼ਲ ਨਾਕਿਆਂ ਦੀ ਗੱਲ ਕਰ ਰਹੇ ਹੋ ਜਿਹੜੇ ਪੂਰੇ ਪੰਜਾਬ ਚ ਲਾਏ ਗਏ ਨੇ ਇਸ ਤਰੀਕੇ ਨਾਲ ਅਜੇ ਨਾਕੇ ਚੱਲ ਰਹੇ ਨੇ ਪਰ ਇਹ ਇੱਕ ਵੱਡਾ ਕਦਮ ਹੈ ਜਿਸ ਦਿਨ ਨਾਲ ਜਿਹੜੇ ਮਾੜੇ ਅਨਸਰ ਹੈ ਉਹ ਸਾਡੇ ਕਾਬੂ ਆਣਗੇ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਾਂਗੇ ਵੈਰੀਫਿਕੇਸ਼ਨ ਲਈ ਔਰ ਇੱਕ ਜਿਹੜੇ ਆਮ ਲੋਕ ਹੈ ਉਹਨਾਂ ਦਾ ਜਿਹੜਾ ਕੰਫੀਡੈਂਸ ਹੈ ਉਸ ਦੀ ਬਹਾਲੀ ਹੁੰਦੀ ਹੈ ਸਰ ਨਾਲ ਗੱਲ ਕਰਨ ਤਾਂ ਇਹ ਸੀਗੇ ਏਡੀਜੀ ਲਾਅ ਐਂਡ ਆਰਡਰ ਅਰਪੀਤ ਸ਼ੁਕਲਾ ਜਿਹੜੇ ਕਿ ਸਾਫ਼ ਤੌਰ ਤੇ ਦੱਸਦੇ ਨਜ਼ਰ ਆਏ ਕਿ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਤਾਂ ਕਿ ਸਰਚ ਅਭਿਆਨ ਪੂਰੇ ਤਰੀਕੇ ਨਾਲ ਪੰਜਾਬ 'ਚ 500 ਸਪੈਸ਼ਲ ਲੱਕੇ ਲਾ ਕੇ ਜਿਹੜਾ ਹੈ ਉਹ ਚੈੱਕ ਕੀਤਾ ਜਾ ਸਕੇ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਹੋ ਰਹੀ ਹੈ ਤੇ ਉੱਥੇ ਨੱਥ ਪਾਈ ਜਾ ਸਕੇ ਕਿਉਂਕਿ ਲਾਅ ਐਂਡ ਆਰਡਰ ਪੰਜਾਬ ਦਾ ਜਿਹੜਾ ਹੈ ਉਹ ਪਿਛਲੇ ਕੁਝ ਸਮੇਂ ਤੋਂ ਸਵਾਲ ਉਸਤੇ ਚੁਕੇ ਜਾ ਰਹੇ ਸੀਗੇ ਤੇ ਹੁਣ ਫੈਸਟਿਵ ਸੀਜ਼ਨ ਆ ਰਹੇ ਨੇ ਨਵਾਂ ਸਾਲ ਚੜ ਰਿਹਾ ਹੈ ਤੇ ਨਵਾਂ ਸਾਲ ਜਦ ਚੜ ਰਿਹਾ ਹੈ ਤੇ ਖੁਸ਼ੀਆਂ ਬਹਾਲ ਹੋਏ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਕੋਈ ਸ਼ਰਾਰਤੀ ਅੰਸਰਾ ਕਰਕੇ ਨਾ ਹੋ ਸਕੇ ਤੇ ਕੈਮਰਾਮੈਨ ਸੁਨੀਲ ਦੇ ਨਾਲ ਬਸਮ ਵਰਮਾ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਮੋਹਾਲੀ